ਇਹ ਅਸੀਂ ਇੱਕ ਸਾਡੇ ਨਾਰਕੋਟਿਕ ਸੈੱਲ ਦੇ ਇੰਚਾਰਜ ਐਸ ਆਈ ਜਸਵਿੰਦਰ ਸਿੰਘ ਇਹਨਾਂ ਦੀ ਪਾਰਟੀ ਨੇ ਇੱਕ ਕ੍ਰਿਮੀਨਲ ਬੰਦਾ ਫੜਿਆ ਉਹਦੇ ਕੋਲੋਂ 990 ਗੋਲੀਆਂ ਜਿਹੜੀਆਂ ਐਲਪ੍ਰਾਜ਼ੋਲਾਮ ਜਿਹੜੀਆਂ ਐਨ ਡੀ ਪੀ ਐਸ ਐਕਟ ਦੇ ਵਿੱਚ ਆਉਂਦੀਆਂ ਨੇ ਉਹ ਫੜੀਆਂ ਇਹਦੇ ਕੋਲੋਂ ਉਸ ਤੋਂ ਬਾਅਦ ਇਹਦੀ ਮਜ਼ੀਦ ਜਦੋਂ ਪੁੱਛਗਿੱਛ ਕੀਤੀ ਤਾਂ ਇਹਨੇ ਮੰਨਿਆ ਕਿ ਇਹਨੇ ਇੱਕ ਬਠਿੰਡਾ ਜ਼ਿਲ੍ਹੇ 'ਚ ਸੰਗਤ ਮੰਡੀ ਦਾ ਰਹਿਣ ਵਾਲਾ ਇਹਨੇ ਬੀੜ ਤਲਾਬ ਇੱਕ ਮਰਡਰ ਕੀਤਾ ਸੀ ਆਪਣੇ ਸਾਥੀਆਂ ਨਾਲ ਰਲ ਕੇ ਇੱਕ ਲੇਡੀ ਸੀ ਨਾਲ ਇਹਨਾਂ ਦੇ ਦੋ ਜਿਹੜੇ ਬੰਦੇ ਉਸ 'ਚ ਅਰੈਸਟ ਹੋ ਗਏ ਸੀ ਇਸ ਉਸ ਕੇਸ 'ਚ ਭਗੌੜਾ ਹੋ ਗਿਆ ਸੀ ਉਹ ਮਰਡਰ ਦਾ ਵੀ ਇਹਨੇ ਮੰਨਿਆ ਕਿ ਅਸੀਂ ਬਠਿੰਡੇ ਜ਼ਿਲ੍ਹੇ ਤੋਂ ਵੀ ਕਨਫਰਮ ਕੀਤਾ ਪਰਚਾ ਦਰਜ ਹੋਇਆ ਵਾ ਇਹ ਉਸ 'ਚ ਇਹਦੀ ਇਹ ਭਗੌੜਾ ਇਸ ਤੋਂ ਬਿਨਾਂ ਇਹਨੇ ਮੋਟਰਸਾਈਕਲ ਵੀ ਚੋਰੀ ਕੀਤੇ ਆ ਚੋਰੀਆਂ ਵੀ ਕਰਦਾ ਹੈ ਇਹਦੇ ਤੋਂ ਦੋ ਮੋਟਰਸਾਈਕਲ ਅਸੀਂ ਬਰਾਮਦ ਕਰ ਲਿਆ ਹੋਰ ਵੀ ਜਿਹੜੇ ਬਰਾਮਦ ਕਰਾਉਣੇ ਮੋਟਰਸਾਈਕਲ ਦੇ ਬਾਕੀ ਨੇ ਅਸੀਂ ਇਹਦਾ ਰਿਮਾਂਡ ਲਿਆ ਮਜ਼ੀਦ ਇਹਦੇ ਪੁੱਛ ਗਿੱਛ ਕਰ ਰਹੇ ਹਾਂ ਇਹ ਮਲੋਟ ਹੈਗਾ ਮਲੋਟ ਸ਼ੇਖੂ ਰੋਡ ਤੋਂ ਇੱਕ ਗੈਸ ਏਜੰਸੀ ਦੇ ਕੋਲ ਇਹਨੂੰ ਅਰੈਸਟ ਕੀਤਾ ਜੀ ਇਹਨੇ ਆਪਣਾ ਇਹ ਪਿੰਡ ਰਹਿਣ ਵਾਲਾ ਹੈਗਾ ਚੱਕ ਰੁਲਦੂ ਸਿੰਘ ਵਾਲਾ ਬਠਿੰਡੇ 'ਚ ਪਰ ਹੁਣ ਇਹ ਕਿਰਾਏ ਦਾ ਮਕਾਨ ਲੈ ਕੇ ਬਠਿੰਡਾ ਮਲੋਟ ਰਹਿ ਰਿਹਾ ਸੀਗਾ ਜਿੱਥੇ ਇਹ ਆਪਣਾ ਇਹ ਗੋਲੀਆਂ ਵੇਚਣ ਦਾ ਕੰਮ ਕਰਦਾ ਸੀ ਅਜੇ ਫਿਲਹਾਲ ਇਹ ਚੋਰੀਆਂ 'ਚ ਮਰਡਰ 'ਚ ਅਤੇ ਆਹ ਜਿਹੜਾ ਐਨ ਡੀ ਪੀ ਐਸ ਦਾ ਹੈਗਾ ਇਹਦੇ 'ਚ ਹੈ ਫਰਦਰ ਅਸੀਂ ਪੁੱਛ ਕਰ ਰਹੇ ਹਾਂ ਹੋ ਸਕਦਾ ਹੋਰ ਵੀ ਕੋਈ ਇਹਦੇ 'ਚ ਨਿਕਲੇ ਨਹੀਂ ਫਿਲਹਾਲ ਗੈਂਗ ਨਾਲ ਕੋਈ ਸੰਬੰਧ ਨਹੀਂ ਇਕੱਲਾ ਹੀ ਕੰਮ ਕਰਦਾ ਹੈ ਅਤੇ ਬਾਕੀ ਪੁੱਛ ਕਰ ਰਹੇ ਹਾਂ ਜੀ